ਜੇਕਰ ਸਮਾਜ ਸੇਵਾ ਵਿੱਚ ਬੰਦਾ ਜੁੜਦਾ ਹੈ ਲੇਕਿਨ ਉਹ ਥੋੜੀ ਦੇਰ ਬਾਅਦ ਵੇਖਣ ਚਾਹੁੰਦਾ ਹੈ ਕਿ ਉਹਦਾ ਜਿਹੜਾ ਰਾਜਨੀਤੀ ਵੱਲ ਤੁਰ ਪੈਂਦਾ ਮੈਂ ਖੁਦ ਕਾਂਗਰਸ ਮਾਈਂਡਡ ਬੰਦਾ ਸੀ ਮੈਂ ਆਪਣਾ ਪੁੱਛਿਆ ਸੀ ਤੋਂ ਕੀ ਭਾਵ ਚਾਹਣਾ ਮੈਂ ਉੱਥੇ ਆਵਾਂਗਾ ਆਵਾਂਗਾ ਅਗਰ ਮਾਲੀਆ ਸਾਹਿਬ ਨੂੰ ਕੋਈ ਟਿਕਟ ਹੀ ਨਹੀਂ ਦਿੰਦਾ ਮੰਨ ਲਓ ਇਸ ਚੀਜ਼ ਨੂੰ ਚੱਲਦੇ ਹਾਂ ਤੇ ਫਿਰ ਮਾਲੀਆ ਸਾਹਿਬ ਕੀ ਕਰਨਗੇ ਕਿ ਸਮਾਜ ਸੇਵਾ ਦਾ ਕੰਮ ਕਰਨਾ ਉਹ ਬੰਦ ਕਰ ਦੇਣਗੇ ਇਹ ਜਿਹੜੀ ਆਪਾਂ ਐਮਐਲਏ ਬਣਦੇ ਨੇ ਇਹ ਵੀ ਤੇ ਇੱਕ ਸਮਾਜ ਸੇਵਾ ਹੈ ਨਹੀਂ ਸਮਾਜ ਸੇਵਾ ਸਿਰਫ ਇਹ ਹੋ ਸਕਦਾ ਕਿ ਅਗਲੇ ਸਾਲ ਜਿਹੜੇ ਇਲੈਕਸ਼ਨ ਆ ਰਹੇ ਤੁਸੀਂ ਉਹਨਾਂ ਦੀ ਤਿਆਰੀ ਕਰ ਰਹੇ ਹੋ ਵਾਲੀਆ ਜੀ ਮੁੱਖ ਟੀਚਾ ਕੀ ਹੈ ਕਿ ਆਪਣਾ ਟਿਕਟ ਲੈਣਾ ਜਾਂ ਇਲੈਕਸ਼ਨ 'ਚ ਖੜਾ ਹੋਣਾ ਜਾਂ ਸਮਾਜ ਸੇਵਾ ਬਣ ਕੇ ਰਹਿਣਾ ਤਿੰਨਾਂ ਚੀਜ਼ਾਂ ਦੇ ਵਿੱਚ ਕੀ ਅਗਰ ਮੰਨ ਲਓ ਕਿ ਆਪਾਂ ਨੂੰ ਕੋਈ ਪਾਰਟੀ ਸੀਟ ਹੀ ਨਹੀਂ ਦਿੰਦੀ ਆਪਣਾ ਟਿਕਟ ਹੀ ਨਹੀਂ ਦਿੰਦੀ ਫਿਰ ਆਪਾਂ ਆਜ਼ਾਦ ਉਮੀਦਵਾਰ ਖੜੇ ਹੋਵਾਂਗੇ ਬਿਲਕੁਲ ਮੈਨੂੰ ਕਿ ਮੈਂ ਆਪਣਾ ਆਜ਼ਾਦ ਵੀ ਆਪਣਾ ਕਾਗਜ਼ ਭਰ ਕੇ ਮੈਂ ਆਜ਼ਾਦ ਲੜੂੰਗਾ ਔਰ ਕਈਆਂ ਪਾਰਟੀਆਂ ਨੇ ਇਹ ਵੀ ਕਹਿਣਾ ਕਿ ਇਹ ਬੰਦੇ ਨੂੰ ਜੇ ਪਾਰਟੀ 'ਚ ਲੈਂਦਾ ਇਹਨੇ ਤਾਂ ਚੱਲਣਾ ਸੱਚ ਤੇ ਕਿ ਵਾਲੀਆ ਵੀ ਤਾਂ ਨੇ ਕਿਤੇ ਉਹ ਕਹੇਗਾ ਕਿ ਭਾਅ ਜੀ ਜੋ ਮੈਂ ਵਾਅਦੇ ਕੀਤੇ ਮੈਂ ਪੂਰੇ ਕਰਾਂਗਾ ਲੇਕਿਨ ਜਦੋਂ ਇਲੈਕਸ਼ਨ ਦੀ ਸੀਟ ਮਿਲ ਜਾਵੇ ਜਾਂ ਟਿਕਟ ਮਿਲ ਜਾਵੇ ਉਸ ਤੋਂ ਬਾਅਦ ਕਵੇ ਕਿ ਯਾਰ ਮੈਂ ਤੁਹਾਨੂੰ ਜਾਣਦਾ ਨਹੀਂ ਮੈਂ ਇਤਿਹਾਸ ਰਚਾਉਣਾ ਚਾਹੁੰਦਾ ਜੇ ਸੱਚੇ ਪਾਤਸ਼ਾਹ ਨੇ ਕਿਤੇ ਐਮਐਲਏ ਬਣਾਤਾ ਨਾ ਸੁਧਾਰਨ ਦਾ ਮੇਰਾ ਟੀਚਾ ਇੱਕ ਵਾਰੀ ਮੈਨੂੰ ਅੱਗੇ ਆਣਾ ਦੋ ਫਿਰ ਮੈਂ ਵੇਖਿਓ ਕਿ ਹਨੇਰੀਆਂ ਲਿਆ ਦਿੰਦਾ ਕੰਮ ਦੀਆਂ ਕੜੇ ਦੇ ਵਿੱਚ ਤੁਸੀਂ ਡੰਪ ਪਿਆ ਅਸੀਂ ਕਾਫੀ ਚਿਰਾਂ ਤੋਂ ਜਿਹੜਾ ਕੂੜਾ ਕਰਕਟ ਸੀਗਾ ਤੇ ਉਹ ਉਠਾਇਆ ਤੇ ਉਹ ਤੁਹਾਨੂੰ ਕਿੱਦਾਂ ਅਪਰੋਚ ਕੀਤੀ ਗਈ ਤੁਸੀਂ ਕਿੱਦਾਂ ਉਸ ਚੀਜ਼ ਨੂੰ ਕੀਤਾ ਗਿਆ ਹੁਣ ਜਗ੍ਹਾ ਬਿਲਕੁਲ ਸਾਫ਼ ਸੁਥਰੇ ਉਸ ਤੋਂ ਬਾਅਦ ਜਦੋਂ ਸਾਫ਼ ਜਗ੍ਹਾ ਹੋਈ ਉੱਥੇ ਜਿੰਨੇ ਵੀ ਸੀਗੇ ਜਿਹੜੇ ਕੌਂਸਲਰ ਸੀਗੇ ਉਹ ਸਾਰੇ ਆਪਣੇ ਆਪ ਨੂੰ ਕਰਨਾ ਚਾਹੁੰਦੇ ਸੀਗੇ ਕਿ ਅਸੀਂ ਹੀ ਕੀਤਾ ਅਸੀਂ ਕੀਤਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜੀ ਉਹ ਮੈਂ ਵੀਡੀਓ ਵੇਖੀ ਸੀ ਸਾਡੇ ਸਤਿਕਾਰਯੋਗ ਸੁਨੀਲ ਭਾਅ ਜੀ ਪੱਤਰਕਾਰ ਜਿਹੜੇ ਨੇ ਪੋਰਟਲ ਚੈਨਲ ਸਮਾਰਟ ਇੰਡੀਆ ਡਾਇਲ ਉਹਨਾਂ ਦੀ ਮੈਂ ਰਾਤ ਕੋਈ ਤਾਂ ਫੰਕਸ਼ਨ ਤੋਂ ਮੈਂ ਆਇਆ ਸੀ ਰਾਤ 12:30 ਘਰੇ ਆਇਆ ਅਤੇ ਉਹ ਮੈਂ ਰਾਤ ਵੀਡੀਓ ਅੱਧੇ ਘੰਟੇ ਦੀ ਵੀਡੀਓ ਵੇਖੀ ਸੀ ਔਰ ਉਸ ਤੋਂ ਬਾਅਦ ਮੈਂ ਡਿਸੀਜਨ ਲੈ ਲਿਆ ਸੀ ਰਾਤ ਹੀ ਆਪ ਹੀ ਮੈਂ ਖੁਦ ਆਪਣੀ ਮਰਜ਼ੀ ਦਾ ਮਾਲਕ ਹਾਂ ਜੀ ਮੈਂ ਕਿਸੇ ਦੀ ਸਲਾਹ ਨਹੀਂ ਲੈਂਦਾ ਵਾਲੀਆ ਮਨ ਦੀ ਕਰਦਾ ਮਨ ਦੀ ਸੁਣਦਾ ਅਤੇ ਉਹ ਡਿਸੀਜਨ ਲਿਆ ਕਿ ਮੈਂ ਇੱਥੇ ਇਸ ਜਗ੍ਹਾ 'ਤੇ ਆਪਣੇ ਮੇਰੇ ਈਵਨ ਕਿ ਮੇਰੇ ਮੁੰਡਿਆਂ ਨੂੰ ਵੀ ਨਹੀਂ ਪਤਾ ਹੁੰਦਾ ਜਿਹੜੇ ਮੇਰੇ ਨਾਲ ਪਾਇਲਟ ਹੈ ਜਾਂ ਮੇਰਾ ਆਪਣਾ ਭਤੀਜਾ ਸੁੱਖਾ ਇਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਵੀ ਅੱਜ ਸਾਡੇ ਭਾਅ ਜੀ ਨੇ ਕੀ ਕਰਨਾ ਅਤੇ ਇਹਨਾਂ ਨੂੰ ਮੈਂ ਕਿਹਾ ਜੀ ਆਪਾਂ ਸਵੇਰੇ ਇਹਨਾਂ ਨੂੰ ਮੈਂ ਫੋਨ ਕਰਦਾ ਵੀ 5 ਵਜੇ 5:30 ਵੀ ਰੈਡੀ ਹੋ ਜਾਓ ਆਪਾਂ ਉਸ ਜਗ੍ਹਾ 'ਤੇ ਜਾਣਾ ਹੈ ਨਾ ਇਹਨਾਂ ਮੈਂ ਜਾ ਕੇ 6:30 ਆਪਣੇ 6 ਵਜੇ ਉਸ ਜਗ੍ਹਾ 'ਤੇ ਉਸੇ ਰਾਤ ਵੀਡੀਓ ਵੇਖੀ ਅਤੇ 6 ਵਜੇ ਮੈਂ ਉੱਥੇ ਪਹੁੰਚ ਗਿਆ ਸੀ ਉੱਥੋਂ ਸਾਰੇ ਪਿੰਡ 'ਚ ਅੱਧੇ ਕੁ ਪਿੰਡ 20-25 ਬੰਦੇ ਇਕੱਠੇ ਕੀਤੇ ਪਿੰਡ ਵਾਲੇ ਉਹਨਾਂ ਨੂੰ ਪੁੱਛਿਆ ਵੀ ਜੇਕਰ ਮੈਂ ਇਹ ਜਗ੍ਹਾ ਨੂੰ ਚੁਕਵਾ ਦਾਂ ਮੈਂ ਉਹਨੂੰ ਭਾਂਫਿਆ ਪਹਿਲੋਂ ਸਾਰੀ ਚੀਜ਼ ਗੱਲਬਾਤ ਵੇਖੀ ਵੀ ਇਨਲੀਗਲ ਕਿਹਦੀ ਜਗ੍ਹਾ ਕਿਹਦੀ ਨਹੀਂ ਹੈ ਇਨਲੀਗਲ ਡੰਪ ਲੱਗਾ ਸੀ ਮੈਂ ਕਿਹਾ ਇਹ ਤਾਂ ਮੈਂ ਕਰਾਂਗਾ ਜ਼ਰੂਰ ਮੈਂ ਕਿਹਾ ਜੀ ਇਹ ਮੈਂ ਜੇ ਕਰਾ ਦੇਵਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ ਨੇਕੀ ਔਰ ਪੂਛ ਪੂਛ ਉਹ ਤਾਂ ਖੁਸ਼ ਹੀ ਬੜੇ ਹੋਏ ਉਹਨਾਂ ਨਾਰੇ ਲਾਉਣੇ ਸ਼ੁਰੂ ਕਰਤੇ ਔਰ ਉਹਨਾਂ ਨੂੰ ਮੈਂ ਕਿਹਾ ਤੁਸੀਂ ਹੁਣ ਜਾਓ ਘਰਾਂ ਨੂੰ ਬੱਚਿਆਂ ਦਾ ਛੋਟਿਆਂ ਬੱਚਿਆਂ ਦਾ ਸਾਡੀਆਂ ਭੈਣਾਂ ਵੀ ਉੱਥੇ ਸੀ ਇਕੱਠੀਆਂ ਹੋਈਆਂ ਸਾਡੇ ਮਾਤਾ ਪਿਤਾ ਦੇ ਸਮਾਨ ਵੀ ਜਿਹੜੇ ਆ ਛੋਟੇ ਵੀਰ ਭਰਾ ਸਾਰੇ ਇਕੱਠੇ ਹੋਏ ਸੀ 25-30 ਬੰਦੇ ਸੀ ਇਕੱਠੇ ਹੋਏ ਭੈਣਾਂ ਵੀ ਅਤੇ ਉਹਨਾਂ ਨੂੰ ਮੈਂ ਕਿਹਾ ਹੁਣ ਤੁਸੀਂ ਸਾਰੀ ਗੱਲਬਾਤ ਕਰਕੇ ਮੈਂ ਕਿਹਾ ਮੈਂ ਚੁਕਵਾਉਣ ਲੱਗਾ ਕਹਿੰਦੇ ਤੁਸੀਂ ਚੁਕਵਾ ਦਿਓ ਸਾਨੂੰ ਕਹਿੰਦੇ 18-20 ਸਾਲ ਦਾ ਕੋਡ ਹੈ ਜਿਹੜਾ ਇਹ ਤੁਸੀਂ ਕਟਾ ਦਿਓ ਮੈਂ ਕਿਹਾ ਸੱਚੇ ਪਾਤਸ਼ਾਹ ਨੇ ਕਰਨਾ ਮੈਂ ਕੌਣ ਹੁੰਦਾ ਪਰ ਮੇਰੇ 'ਚ ਉਦਮ ਬਹੁਤ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਹੁਣ ਤੁਸੀਂ ਘਰਾਂ ਨੂੰ ਜਾਓ ਮੈਂ ਇੱਦਾਂ ਹੀ ਹੋਇਆ ਸੱਚ ਕਹਿ ਰਿਹਾ ਮੈਂ ਝੂਠ ਛਾੜ ਵਾਲਾ ਕੰਮ ਨਹੀਂ ਹੈਗਾ ਮੈਂ ਗਿਆ ਅੱਧੇ ਘੰਟੇ ਦੇ ਵਿੱਚ ਲੰਮਾ ਪਿੰਡ ਚੌਂਕ 'ਚੋਂ 2 JCB ਮਸ਼ੀਨਾਂ ਲੈ ਕੇ ਆ ਗਿਆ ਮੈਂ ਲਾਤੀਆਂ ਉੱਥੇ ਕਿਉਂਕਿ ਇਨਲੀਗਲ ਸੀ ਇਹ ਕਾਰਪੋਰੇਸ਼ਨ ਦਾ ਡੰਪ ਹੈ ਨਹੀਂ ਸੀ ਆਰਮੀ ਦੀ ਜਗ੍ਹਾ ਕੋਈ ਦੱਸ ਰਿਹਾ ਸੀ ਕਿਉਂਕਿ ਇਸ ਵੇਲੇ ਆਰਮੀ ਦਾ ਕਬਜ਼ਾ ਉਹਦੇ 'ਤੇ ਆਰਮੀ ਦੀ ਜਗ੍ਹਾ ਸੀ ਅਤੇ ਅਸੀਂ ਉਹਨਾਂ ਕੋਲ ਪਰਮਿਸ਼ਨ ਲਈ ਅਤੇ ਨਾਲ ਦੀ ਨਾਲ ਉਹਨਾਂ ਪਰਮਿਸ਼ਨ ਪਹਿਲਾਂ ਹੀ ਲਈ ਹੋਈ ਸੀ ਵੀ ਇਹ ਸਫਾਈ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਆਰਮੀ ਵੀ ਉੱਥੇ ਚੱਕਰ ਚੁੱਕਰ ਕੱਢਦੀ ਰਹੀ ਵੀ ਇਹ ਵੀ ਇਹ ਬੜਾ ਵਧੀਆ ਕੰਮ ਹੋ ਰਿਹਾ ਔਰ 8 ਕੁ ਦਿਨ ਲੱਗੇ 2 JCB ਮਸ਼ੀਨਾਂ ਲਾ ਕੇ ਅਤੇ ਡੰਪ ਸਾਫ਼ ਕਰਾ ਮੇਰੇ ਲਈ ਔਖਾ ਕੰਮ ਨਹੀਂ ਜਿਹਨੇ ਕਰਨਾ ਉਹਦੇ ਲਈ ਤਾਂ ਔਖਾ ਹੈ ਨਹੀਂ ਜਿਹਨੇ ਕਰਨਾ ਹੀ ਨਹੀਂ ਜਿਹੜੇ ਲੀਡਰਾਂ ਨੇ 12 ਵਜੇ 1 ਵਜੇ ਸੁੱਤੇ ਉੱਠਣਾ ਤੇ ਉਹਨਾਂ ਕੀ ਕਰਨਾ ਤੇ ਵਾਲੀਏ ਵਾਸਤੇ ਔਖਾ ਕੰਮ ਨਹੀਂ ਉਹ ਕਹਿੰਦੇ ਇਹ ਤਾਂ ਕੰਮ ਹੀ ਬੜਾ ਵੱਡਾ ਮੈਂ ਕਿਹਾ ਮੇਰੇ ਲਈ ਬਹੁਤ ਸੌਖਾ ਤੇ ਵਾਲੀਆ ਜੀ ਜੇਕਰ ਸਮਾਜ ਸੇਵਾ 'ਚ ਬੰਦਾ ਜੁੜਦਾ ਤੇ ਪਹਿਲਾਂ ਤਾਂ ਸਮਾਜ ਸੇਵਾ ਕਰਦਾ ਹੀ ਕਰਦਾ ਉਹ ਹੈ ਨਾ ਲੇਕਿਨ ਥੋੜ੍ਹੀ ਦੇਰ ਬਾਅਦ ਵੇਖਣ 'ਚ ਆਉਂਦਾ ਵਾ ਕਿ ਉਹਦਾ ਜਿਹੜਾ ਰਾਜਨੀਤੀ ਵੱਲ ਤੁਰ ਪੈਂਦਾ ਅਤੇ ਸੁਣਨ 'ਚ ਆਇਆ ਪਹਿਲਾਂ ਤੁਸੀਂ ਕਾਂਗਰਸ ਦੇ ਕਰਦੇ ਸੀਗੇ ਕਿ ਸਾਥ ਸੀਗਾ ਤੁਹਾਡਾ ਵੋਟਾਂ ਸੀਗੀਆਂ ਤੁਹਾਡੀਆਂ ਅਤੇ ਹੁਣ ਤੁਸੀਂ ਜੇਕਰ ਤੁਹਾਨੂੰ ਕੋਈ ਪਾਰਟੀ ਅਪਰੋਚ ਕਰਦੀ ਹੈ ਕੋਈ ਵੀ ABCD ਪਾਰਟੀ ਆ ਕੇ ਅਪਰੋਚ ਕਰਦੀ ਹੈ ਤਾਂ ਉਹ ਚਾਹੇਗੀ ਕਿ ਵਾਲੀਆ ਸਾਹਿਬ ਸਾਡੇ ਪਾਰਟੀ ਦੇ ਵਿੱਚ ਨੁਮਾਇੰਦੇ ਬਣਨ ਖੜ੍ਹੇ ਹੋਣ ਉਹਨਾਂ ਨੂੰ ਸੀਟ ਦਿੱਤੀ ਜਾਂਦੀ ਹੈ ਲੇਕਿਨ ਜਿਹੜੀ ਸੀਟ ਦਿੱਤੀ ਜਾਂਦੀ ਹੈ ਅੱਜ ਕੱਲ੍ਹ ਸੁਣਿਆ ਕਿ ਉਹ ਥੋੜ੍ਹਾ ਬਹੁਤ ਅੰਡਰ ਟੇਬਲ ਦੇ ਵਿੱਚ ਕੰਮ ਚੱਲਦਾ ਜੇਕਰ ਤੁਸੀਂ ਚਾਹੋਗੇ ਕਿ ਇੱਦਾਂ ਦੇ ਪਾਰਟੀ ਦੇ ਵਿੱਚ ਜੁਆਇਨ ਕੀਤਾ ਜਾਵੇ ਨਹੀਂ ਦੇਖੋ ਮੈਂ ਹੁਣ ਦੱਸਣ ਲੱਗਾ ਤੁਹਾਨੂੰ ਕਿ ਮੈਂ ਖੁਦ ਕਾਂਗਰਸ ਮਾਈਂਡਡ ਬੰਦਾ ਸੀ
ਠੀਕ ਹੈ ਜੀ। ਔਰ ਮੇਰਾ ਆਪਣਾ ਮੈਂ ਉੱਥੇ ਆਵਾਂਗਾ, ਮੇਰਾ ਪਰਿਵਾਰ ਜਿਹੜਾ ਆਪਣਾ ਜਿਹੜਾ ਉਹ ਅਕਾਲੀ ਮਾਈਂਡਡ ਹੈ ਅਤੇ ਮੈਂ ਕਾਂਗਰਸ ਮਾਈਂਡਡ ਹਾਂ ਔਰ ਕਾਂਗਰਸ ਨੂੰ ਪਿਆਰ ਕਰਦਾ। ਅਤੇ ਚਲੋ ਠੀਕ ਹੈ ਜੀ, ਹੁਣ ਤੁਸੀਂ ਕਹਿੰਦੇ ਕਿ ਮੈਂ ਕਾਂਗਰਸ ਛੱਡੀ ਹੈ, ਅਤੇ ਅਗਰ ਹੋਰ ਕੋਈ ਪਾਰਟੀ ਵਾਲੀਆ ਸਾਹਿਬ ਆਲ ਆਉਂਦੀ ਹੈ ਤਾਂ ਫਿਰ ਵਾਲੀਆ ਸਾਹਿਬ ਕੀ ਕਰਨਗੇ? ਅਗਰ ਵਾਲੀਆ ਸਾਹਿਬ ਨੂੰ ਕੋਈ ਟਿਕਟ ਹੀ ਨਹੀਂ ਦਿੰਦਾ, ਮੰਨ ਲਓ ਇਸ ਚੀਜ਼ ਨੂੰ ਚੱਲਦੇ ਹਾਂ, ਅਤੇ ਫਿਰ ਵਾਲੀਆ ਸਾਹਿਬ ਕੀ ਕਰਨਗੇ ਕਿ ਸਮਾਜ ਸੇਵਾ ਦਾ ਕੰਮ ਕਰਨਾ ਉਹ ਬੰਦ ਕਰ ਦੇਣਗੇ? ਨਹੀਂ, ਆਜ਼ਾਦ ਉਮੀਦਵਾਰ ਖੜੇ ਹੋਣ। ਮੈਂ ਸਮਾਜ ਸੇਵਾ ਤਾਂ ਮੇਰੀ ਚੱਲਦੀ ਪਈ ਹੈ, ਇਹ ਜਿਹੜੀ ਆਪਾਂ MLA ਬਣਦੇ ਨੇ ਇਹ ਵੀ ਤਾਂ ਇੱਕ ਸਮਾਜ ਸੇਵਾ ਹੈ। ਨਹੀਂ, ਸਮਾਜ ਸੇਵਾ ਸਿਰਫ ਇਹ ਹੋ ਸਕਦਾ ਕਿ ਅਗਲੇ ਸਾਲ ਜਿਹੜੇ ਇਲੈਕਸ਼ਨ ਆ ਰਹੇ ਤੁਸੀਂ ਉਹਨਾਂ ਦੀ ਤਿਆਰੀ ਕਰ ਰਹੇ ਹੋ ਸਮਾਜ ਸੇਵਾ ਕਰਕੇ ਉਹਦੀ ਆੜ 'ਚ? ਨੋ, ਵਾਲੀਆ ਇਹ ਨਹੀਂ ਕੰਮ ਕਰਦਾ। ਵਾਲੀਆ ਨੇ ਦੋ ਰੋਟੀਆਂ ਮਿਲਦੀਆਂ ਪਈਆਂ, ਸੱਚੇ ਪਾਤਸ਼ਾਹ ਦੇ ਰਿਹਾ। ਮੈਨੂੰ ਭੁੱਖ ਨਹੀਂ, ਇਹਨਾਂ ਲੋਕਾਂ ਨੂੰ ਭੁੱਖ ਜ਼ਰੂਰ ਹੈਗੀ ਪੈਸੇ ਇਕੱਠੇ ਕਰਨ ਦੀ, ਇਹ ਨਹੀਂ ਰੁਕਦੇ, ਇਹਨਾਂ ਨਾ ਹੀ ਰੁਕਣਾ। ਇਹਨਾਂ ਨੇ ਰੁਕਣਾ ਹੀ ਨਹੀਂ, ਇਹਨਾਂ ਨੇ ਲੱਖਾਂ ਕਰੋੜਾਂ ਕੀ ਅਰਬਾਂ ਰੁਪਈਆ ਇਕੱਠਾ ਕਰਕੇ ਵੀ ਨਹੀਂ ਰੁਕਦੇ ਪਏ, ਨਾ ਹੀ ਇਹਨਾਂ ਰੁਕਣਾ। ਵਾਲੀਆ ਨੂੰ ਸ਼ਾਂਤੀ ਹੈਗੀ ਹੈ। ਵਾਲੀਆ ਜੀ, ਮੁੱਖ ਟੀਚਾ ਕੀ ਹੈ ਕਿ ਆਪਣਾ ਟਿਕਟ ਲੈਣਾ ਜਾਂ ਇਲੈਕਸ਼ਨ 'ਚ ਖੜਾ ਹੋਣਾ ਜਾਂ ਸਮਾਜ ਸੇਵਾ ਬਣ ਕੇ ਰਹਿਣਾ? ਤਿੰਨਾਂ ਚੀਜ਼ਾਂ ਦੇ ਵਿੱਚ ਕੀ ਕਰਨਾ? ਸਮਾਜ ਸੇਵਾ ਵਾਲੀਆ ਕਰ ਰਿਹਾ, ਕਰ ਰਿਹਾ, ਠੀਕ ਹੈ ਜੀ, ਉਹ ਤੁਹਾਨੂੰ ਵੀ ਪਤਾ। MLA ਬਣ ਕੇ ਉਹ ਵੀ ਤਾਂ ਸਮਾਜ ਸੇਵਾ, ਉਹ ਸਮਾਜ ਸੇਵਾ ਨਹੀਂ ਹੈ? ਅਗਰ ਮੰਨ ਲਓ ਕਿ ਆਪਾਂ ਨੂੰ ਪਾਰਟੀ ਸੀਟ ਹੀ ਨਹੀਂ ਦਿੰਦੀ, ਆਪਣਾ ਟਿਕਟ ਹੀ ਨਹੀਂ ਦਿੰਦੀ, ਫਿਰ ਆਪਾਂ ਆਜ਼ਾਦ ਉਮੀਦਵਾਰ ਖੜੇ ਹੋਵਾਂਗੇ? ਬਿਲਕੁਲ, ਮੈਨੂੰ ਕਿ ਮੈਂ ਆਪਣਾ ਆਜ਼ਾਦ ਵੀ ਆਪਣੇ ਕਾਗਜ਼ ਭਰ ਕੇ ਮੈਂ ਆਜ਼ਾਦ ਲੜੂੰਗਾ। ਨਾਲ ਦੂਸਰਾ ਇੱਕ ਹੋਰ ਵੀ ਚੀਜ਼ ਹੈ, ਮੈਨੂੰ ਬੜੀਆਂ ਪਾਰਟੀਆਂ ਅਪਰੋਚ ਵੀ ਕਰ ਰਹੀਆਂ, ਕਿੰਨੀਆਂ ਪਾਰਟੀਆਂ ਨੇ ਅਪਰੋਚ ਵੀ ਕੀਤੀ ਹੈ। ਕਈਆਂ ਨੂੰ, ਹਰ ਬੰਦੇ ਨੂੰ ਪਤਾ ਕਿ ਵਾਲੀਆ ਜੇ ਗਰਜ ਰਿਹਾ ਨਾ, ਇਹ ਸੱਚਾਈ ਵਾਲਾ ਬੰਦਾ। ਔਰ ਕਈਆਂ ਪਾਰਟੀਆਂ ਨੇ ਇਹ ਵੀ ਕਹਿਣਾ ਕਿ ਇਹ ਬੰਦੇ ਨੂੰ ਜੇ ਪਾਰਟੀ 'ਚ ਲੈਂਦਾ ਇਹਨੇ ਤਾਂ ਚੱਲਣਾ ਸੱਚ, ਅਤੇ ਇਹਨੇ ਪੁੱਠਾ ਸਿੱਧਾ ਕੰਮ ਕਰਨਾ ਨਹੀਂ, ਅਤੇ ਫਿਰ ਇਸ ਕਰਕੇ ਵੀ ਥੋੜ੍ਹਾ ਜਿਹਾ ਕਈ ਪਾਰਟੀਆਂ ਪੈਰ ਪਿੱਛੇ ਨੂੰ ਖਿੱਚਦੀਆਂ ਵੀ ਇਹਨੂੰ ਪਾਰਟੀ 'ਚ ਲੈਂਦਾ ਇਹਨੇ ਤਾਂ ਸਾਡਾ ਵੀ ਅੱਗ ਮਾਰ ਦੇਣਾ, ਇਹ ਤਾਂ ਬੰਦਾ ਸੱਚ 'ਤੇ ਚੱਲਣ ਵਾਲਾ, ਅਤੇ ਸੱਚ 'ਤੇ ਗੱਲ ਵੀ ਅਸਲੀਅਤ ਹੈ। ਕਿਉਂਕਿ ਜਦੋਂ ਇਲੈਕਸ਼ਨ ਆਉਂਦੇ ਆ ਤਾਂ ਹਰੇਕ ਕੋਈ ਬੰਦਾ ਬਹੁਤ ਬਹੁਤ ਗੱਲਾਂ ਕਰਦਾ ਕਿ ਅਸੀਂ ਆਹ ਕਰ ਦਾਂਗੇ, ਅਸੀਂ ਆਹ ਕਰ ਦਾਂਗੇ, ਕਿ ਵਾਲੀਆ ਵੀ ਤਾਂ ਨਹੀਂ ਕਿਤੇ ਉਹ ਕਹੇਗਾ ਕਿ ਭਾਅ ਜੀ ਜੋ ਮੈਂ ਵਾਅਦੇ ਕੀਤੇ ਮੈਂ ਪੂਰੇ ਕਰਾਂਗਾ, ਲੇਕਿਨ ਜਦੋਂ ਇਲੈਕਸ਼ਨ ਦੀ ਸੀਟ ਮਿਲ ਜਾਵੇ ਜਾਂ ਟਿਕਟ ਮਿਲ ਜਾਵੇ ਉਸ ਤੋਂ ਬਾਅਦ ਕਵੇ ਕਿ ਯਾਰ ਮੈਂ ਤੁਹਾਨੂੰ ਜਾਣਦਾ ਨਹੀਂ, ਇੱਦਾਂ ਦਾ ਕੁਛ ਹੋਏਗਾ ਨਹੀਂ? ਮੈਂ ਕਿਹਾ ਉਹ ਜੋ ਜ਼ਿੰਦਗੀ ਦਾ ਆਖਰੀ ਦਿਨ ਹੋਏਗਾ। ਵਾਲੀਆ ਜ਼ਮੀਨੀ ਪੱਧਰ ਨਾਲ ਜੁੜਿਆ, ਮੈਂ ਦਿਹਾੜੀਆਂ ਵੀ ਕੀਤੀਆਂ ਹੋਈਆਂ, ਦੁੱਧ ਦਾ ਕੰਮ ਮੈਂ ਕੀਤਾ, ਡੈਰੀ ਮੇਰੀ ਸੀ, ਹੁਣ ਵੀ ਅਸੀਂ ਇੱਕ ਪੇਂਡੂ ਬੰਦੇ, ਰਾਤ ਦੇ 2 ਵਜੇ ਉੱਠਣਾ ਪਏ ਤਾਂ ਵੀ ਅਸੀਂ ਉੱਠਣ ਨੂੰ ਤਿਆਰ ਹਾਂ। ਮਤਲਬ ਮੈਨੂੰ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ। ਵਾਲੀਆ ਨੂੰ, ਵਾਲੀਆ ਦਿਲੋਂ ਚਾਹੁੰਦਾ ਕਿ ਮੈਂ ਸਮਾਜ ਦੇ ਵਿੱਚ ਸਮਾਜ ਦੀ ਸੇਵਾ ਕਰਾਂ, ਔਰ ਸਾਡੇ ਗਰੀਬ ਵਰਗ, ਸਾਡੇ ਸਤਿਕਾਰਯੋਗ ਗਰੀਬ ਵਰਗ ਪਰਿਵਾਰਾਂ ਲਈ ਅਸੀਂ ਜਿਹੜੇ ਲੋੜਵੰਦ ਪਰਿਵਾਰ ਉਹਨਾਂ ਲਈ ਕਰੀਏ, ਔਰ ਇਹ ਮੈਂ ਦਿਲੋਂ ਕਰਨਾ ਚਾਹੁੰਦਾ। ਮੇਰੇ ਮਨ ਨੂੰ ਸ਼ਾਂਤੀ ਮਿਲਦੀ ਹੈ, ਔਰ ਮੈਂ MLA ਬਣ ਕੇ ਜੇ ਸੱਚੇ ਪਾਤਸ਼ਾਹ ਨੇ ਕਿਤੇ ਭਾਗ ਲਾ ਤੇ ਔਰ ਮੈਂ ਇਤਿਹਾਸ ਰਚਾਉਣਾ ਚਾਹੁੰਦਾ। ਮੈਂ ਸਭ ਤੋਂ ਵੱਡੀ ਗੱਲ ਮੈਂ ਇਹ ਕਰਨ ਲੱਗਾ ਤੁਹਾਨੂੰ, ਮੈਂ 100 ਗੱਲ ਦੀ ਇੱਕੋ ਹੀ ਗੱਲ, 100 ਗਜ ਰਸਾ ਸਿਰੇ 'ਤੇ ਗੰਢ, ਮੈਂ ਇਤਿਹਾਸ ਰਚਾਉਣਾ ਚਾਹੁੰਦਾ। ਜੇ ਸੱਚੇ ਪਾਤਸ਼ਾਹ ਨੇ ਕਿਤੇ MLA ਬਣਾ ਤਾ ਨਾ, ਫਿਰ ਦੁਨੀਆ ਕਹੇਗੀ ਕਿ ਜੇ ਬੰਦੇ ਨੇ MLA ਬਣ ਕੇ ਅਤੇ ਇਹ ਬੰਦੇ ਨੇ ਜਿਹੜੇ ਕੰਮ ਕਰ ਛੜੇ ਨੇ ਉਹ ਦੁਨੀਆ ਦੀ ਸੋਚ ਤੋਂ ਬਾਹਰ ਆਉਣਗੇ। ਔਰ ਦੂਸਰੇ MLA ਜਿਹੜੇ ਕਰਪਟ MLA ਵੀ ਬਣਨਗੇ, ਕਈ ਬਣਨੇ ਆ, ਬਣ ਵੀ ਰਹੇ ਨੇ, ਠੀਕ ਹੈ ਜੀ, ਉਹ ਵੀ ਬੰਦੇ ਸੁਧਰਨਗੇ ਮੇਰੇ ਵੱਲ ਵੇਖ ਕੇ ਵੀ ਇਹ ਬੰਦਾ ਮਤਲਬ ਇੰਨਾ ਇਮਾਨਦਾਰੀ ਨਾਲ ਕੰਮ ਕਰ ਰਿਹਾ ਔਰ ਪਲ ਪਲ ਦੇ ਫੰਡ ਦਾ ਹਿਸਾਬ ਦੇ ਰਿਹਾ, ਔਰ ਸਾਨੂੰ ਵੀ ਸੁਧਰਨਾ ਚਾਹੀਦਾ। ਇਸ ਕਰਕੇ ਇਹਨਾਂ ਨੂੰ ਸੁਧਾਰਨ ਦਾ ਮੇਰਾ ਟੀਚਾ, ਇੱਕ ਵਾਰੀ ਮੈਨੂੰ ਅੱਗੇ ਆ ਲੈਂਦੋ ਫਿਰ ਮੈਂ ਵੇਖਿਓ ਕਿ ਹਨੇਰੀਆਂ ਲਿਆ ਦਿੰਦਾ ਕੰਮ ਦੀਆਂ। ਅਸੀਂ ਪਰਮਾਤਮਾ ਤੋਂ ਅਰਦਾਸ ਕਰਾਂਗੇ, ਜੋ ਵਾਲੀਆ ਸਾਹਿਬ ਕਹਿ ਰਹੇ ਕਿ ਉਹ ਬੁਲੰਦੀਆਂ ਨੂੰ ਛੋਣਗੇ, ਉਹ MLA ਬਣ ਗਏ ਅਤੇ ਕੰਮ ਕਰਨਗੇ। ਅਸੀਂ ਚਾਹਾਂਗੇ ਕਿ ਉਹ ਵਾਕਈ ਹੀ MLA ਬਣਨ ਔਰ ਲੋਕਾਂ ਦੇ ਸਮਾਜ ਸੇਵਾ ਦੇ ਕੰਮ ਕਰਨ, ਅਤੇ ਜਿਹੜਾ ਇਹਨਾਂ ਨੇ ਵਾਲੀਆ ਸਾਹਿਬ ਨੇ ਜਿਹੜੇ ਕੰਮ ਕੀਤੇ ਹੋਏ ਨੇ ਆਓ ਵੇਖਦੇ ਹਾਂ ਕਿ ਉਹਨਾਂ ਦੀ ਚਲਨ। ਜੋ ਸਾਡੇ ਦਾ ਵਾਅਦਾ ਕੀਤਾ ਸੀ ਅੱਜ ਸਾਡਾ ਵਾਅਦਾ ਪੂਰਾ ਕਰ ਦਿੱਤਾ ਉਹਨਾਂ ਨੇ, 1000 ਰੁਪਇਆ ਰਾਸ਼ਨ ਦਾ ਅਤੇ ਬੱਚਿਆਂ ਦੀ ਫੀਸ ਦੇ ਉਹਨਾਂ ਨੇ ਸਾਨੂੰ ਆਹ ਚੈੱਕ ਸਾਨੂੰ ਦੇ ਤੇ ਆ, ਬਹੁਤ ਵੱਡਾ ਉਪਰਾਲਾ ਕੀਤਾ, ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜੀ। ਰਾਤ ਦੁਗਣੀ ਦਿਨ ਚੁਗਣਾ ਕਰਿਆ ਜਾਂਦਾ ਜੀ। ਮੇਰੇ ਵੱਲੋਂ ਜੋ ਵਾਅਦਾ ਕੀਤਾ ਗਿਆ ਸੀ ਪਿਛਲੇ ਦਿਨ, ਮੇਰੀ ਚੈੱਕ ਬੁੱਕ ਮੇਰੇ ਕੋਲ ਨਾ ਹੋਣ ਕਰਕੇ ਕਿ ਇਹ ਜਿਹੜੇ ਮੈਂ ਇਹਨਾਂ ਨਾਲ ਵਾਅਦਾ ਕੀਤਾ ਸੀ, ਇਹ ਸੁਖਦੇਵ ਰਾਜੀ ਜਿਹੜੇ ਅਨਾਮੀ ਗਨਾਮੀ ਪਹਿਲਵਾਨ ਨੇ, ਇਹ ਨਿਊ ਗੋਬਿੰਦ ਨਗਰ ਦੇ ਵਿੱਚ ਪੈਂਦਾ ਜੀ। ਇਹ ਇਹਨਾਂ ਨੇ ਇਹਨਾਂ ਨੂੰ ਪੈਰਾਲਾਈਜ਼ ਦਾ ਅਟੈਕ ਹੋਇਆ ਸੀ ਅਤੇ ਇਸ ਕਰਕੇ ਇਹ ਚੱਲ ਫਿਰ ਨਹੀਂ ਸਕਦੇ ਸੀ। ਇਹਨਾਂ ਨੂੰ ਵਾਲੀਆ ਚੈਰੀਟੇਬਲ ਸੁਸਾਇਟੀ ਵੱਲੋਂ ਇੱਕ ਟਰਾਈ ਸਾਈਕਲ ਦਿੱਤਾ ਗਿਆ, ਹੁਣ ਇਹ ਬੜੇ ਵਧੀਆ ਇਹ ਆਪਣਾ ਇੱਕ ਥਾਂ ਤੋਂ ਦੂਜੀ ਜਗ੍ਹਾ ਇਹ ਟਰਾਈ ਸਾਈਕਲ 'ਤੇ ਜਾ ਸਕਦੇ ਨੇ। ਵਾਲੀਆ ਸਾਹਿਬ ਨੇ ਗੱਡੀ ਖੜੀ ਕੀਤੀ, 10 ਮਿੰਟ ਹੋਇਆ ਅਸੀਂ ਇੱਦਾਂ ਦੇ ਮਹੱਲੇ 'ਚ ਰਹਿਣ ਦੇ, 10 ਮਿੰਟ ਗੱਡੀ ਖੜੀ ਦਾ ਹਾਲ ਦੇਖੋ ਅਤੇ ਅਸੀਂ ਇੱਥੇ ਕਿੱਦਾਂ ਰਹਿੰਦੇ ਹੋਵਾਂਗੇ, ਤੁਸੀਂ ਸਾਡਾ ਹਾਲ ਦੇਖੋ।
ਬਾਰੀ ਸਾਡੀ ਰੂੜੀ ਦੀ ਵੀ ਸੁਣੀ ਜਾਂਦੀ ਹੈ ਇਹ 12 ਸਾਲਾਂ ਬਾਅਦ ਇਹ ਜਗ੍ਹਾ ਵੀ ਸੁਣ ਗਈ ਹੈ ਕਮ ਸੇ ਕਮ ਇਹ 1.5 ਏਕੜ ਜਗ੍ਹਾ ਤੇ ਮਹੱਲੇ ਵਾਸੀਆਂ ਵਾਸਤੇ ਇੱਕ ਵਾਲੀਆ ਚੈਰੀਟੇਬਲ ਸੁਸਾਇਟੀ ਵੱਲੋਂ ਤੋਹਫਾ ਦਿੱਤਾ ਗਿਆ ਇਹਨੂੰ ਨੀਟ ਐਂਡ ਕਲੀਨ ਕਰਨ ਦਾ 1 ਮਹੀਨੇ ਦੇ ਅੰਦਰ ਅੰਦਰ ਵਾਅਦਾ ਕੀਤਾ ਹੋਇਆ ਉਹ ਪੂਰਾ ਕਰਾਂਗਾ ਔਰ ਜੇ ਸੀ ਵੀ ਮਸ਼ੀਨਾਂ 2 ਲੱਗੀਆਂ ਹੋਈਆਂ ਇਹਦੇ